जिदे विच होणगे सवाल पिछले 6 महीने दे करंट अफेयर। ਤਾਂ ਜੁੜਨਾ ਨਾ ਭੁੱਲਿਓ ਮੇਰੇ ਨਾਲ ਰੋਜ਼ ਸਵੇਰੇ 10 ਵਜੇ ਪੰਜਾਬ ਅੱਡਾ 24/7। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਤੁਸੀਂ ਸਾਰੇ ਜਣੇ। ਮੈਂ ਕਰਮਵੀਰ ਪੰਜਾਬ ਅੱਡਾ 24/7 ਤੋਂ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਸੈਸ਼ਨ ਲੈ ਕੇ ਆਇਆ, ਪਾਰਟ 2 ਇਨਵੈਂਸ਼ਨ ਦੇ ਡਿਸਕਵਰੀ ਦੇ ਉੱਤੇ। ਵੈਰੀ ਗੁੱਡ ਆਫਟਰਨੂਨ ਖੁਸ਼ਵੰਤ, ਕਿਵੇਂ ਹੋ? ਵਧੀਆ ਚੱਲਦਾ ਸਭ, ਤਿਆਰੀ ਵਧੀਆ ਚੱਲ ਰਹੀ? ਮੈਂ ਵੀ ਵਧੀਆ। ਆਪਾਂ ਸਟਾਰਟ ਕਰਦੇ ਹਾਂ ਅੱਜ, ਫਿਰ ਆਪਾਂ ਥੋੜ੍ਹਾ ਸਪੀਡ 'ਚ ਚੱਲਾਂਗੇ ਕਿਉਂਕਿ ਕੁਸ਼ਚਨ ਵਾਹਵਾ ਨੇ। ਵੈਰੀ ਗੁੱਡ ਆਫਟਰਨੂਨ ਜੱਸੀ, ਫਸਟ ਕੁਸ਼ਚਨ, ਐਨਐਸਥੀਸੀਆ ਇਜ਼ ਇਨਵੈਂਟਿਡ ਬਾਏ? ਐਨਐਸਥੀਸੀਆ ਜਿਹੜਾ ਤੂੰ ਸੁਣਿਆ ਹੋਣਾ, ਐਨਐਸਥੀਸੀਆ ਕੀ ਹੁੰਦਾ? ਡਾਕਟਰ ਜਦੋਂ ਆਪਰੇਸ਼ਨ ਕਰਦੇ ਹੁੰਦੇ ਆ ਪੇਨ ਰਿਲੀਵਰ, ਐਨਐਸਥੀਸੀਆ ਦਿੰਦੇ ਹੁੰਦੇ ਪੇਸ਼ੈਂਟ ਨੂੰ, ਕਿਹਨੇ ਇਨਵੈਂਟ ਕੀਤੀ ਸੀ? ਵਿਲੀਅਮ ਥੋਮਸਨ ਨੇ, ਡਾਕਟਰ ਜੋਸਫ ਨੇ, ਡਾਕਟਰ ਫੈਲਿਕਸ ਨੇ ਜਾਂ ਕਾਲ ਨੇ? ਸੀਮਾ ਕਹਿ ਰਹੇ ਡਾਕਟਰ ਜੋਸਫ, ਤਾਨਿਆ ਸੀ ਫੈਲਿਕਸ, ਫਿਲਿਕਸ। ਅਰਸ਼ ਜੋਸਫ, ਵਿਲੀਅਮ ਥੋਮਸਨ ਨੇ ਐਨਐਸਥੀਸੀਆ। ਕਦੋਂ ਕੀਤੀ ਸੀ? 1846 ਦੇ ਯਾਰ। ਜੋਸਫ ਲਿਸਟਰ ਨੇ ਕੀ ਕੀਤਾ ਸੀ? ਐਂਟੀਸੈਪਟਿਕ ਸਰਜਰੀ। ਡਾਕਟਰ ਫੈਲਿਕਸ ਹੌਫਮੈਨ ਨੇ ਐਸਪਰੀਨ ਦਾ ਨਾਮ ਸੁਣਿਆ ਹੋਣਾ ਤੁਸੀਂ। ਤੇ ਕਾਰਲ ਓਮੈਨ ਦਾ ਨਾਂ ਕਿਹਦੇ ਨਾਲ ਜੁੜਿਆ ਹੋਇਆ? ਏਟੀਪੀ ਦੀ ਡਿਸਕਵਰੀ ਨਾਲ, ਐਡੀਨੋਸਾਈਨ ਟ੍ਰਾਈਫੋਸਫੇਟ, ਏਟੀਪੀ। ਨੈਕਸਟ, ਐਰੀਓਮਾਈਸਿਨ, ਐਰੋਮਾਈਸਿਨ ਵਾਜ਼ ਇਨਵੈਂਟਿਡ ਬਾਏ? ਐਰੋਮਾਈਸਿਨ ਕਿਹਨੇ ਇਨਵੈਂਟ ਕੀਤੀ ਸੀ? ਬੈਂਜਮਿਨ ਨੇ, ਲੋਇਡ ਨੇ, ਐਂਟੋਨ ਨੇ ਜਾਂ ਗੈਰਾਰਡ ਨੇ? ਵੈਰੀ ਗੁੱਡ, ਗੁੱਡ ਆਫਟਰਨੂਨ ਪ੍ਰਭ, ਵੈਰੀ ਗੁੱਡ ਆਫਟਰਨੂਨ ਬਾਈ। ਫਟਾਫਟ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਤਾਂ ਕਿ ਇਨਫੋਰਮੇਸ਼ਨ, ਨੌਲੇਜ ਬਾਕੀਆਂ ਨਾਲ ਵੀ ਸ਼ੇਅਰ ਹੋ ਜਾਏ। ਵੈਰੀ ਗੁੱਡ ਪਠਾਣੀਆ, ਬੈਂਜਮਿਨ ਨੇ। ਲੋਇਡ ਐਮ ਸਮਿਥ ਦਾ ਨਾਮ ਕਿਹਦੇ ਨਾਲ ਜੁੜਿਆ ਹੋਇਆ? ਆਟੋਮੈਟਿਕ ਡੀਐਨਏ ਸੀਕੁਐਂਸਰ ਨਾਲ। ਐਂਟੋਨ ਦਾ ਨਾਮ ਕਿਹਦੇ ਨਾਲ ਹੈ? ਕਿਹਦੀ ਡਿਸਕਵਰੀ ਦੇ ਨਾਲ? ਬੈਕਟੀਰੀਆ। ਗੈਰਾਰਡ ਦਾ ਨਾਮ ਕਿਹਦੇ ਨਾਲ ਜੁੜਿਆ ਹੋਇਆ? ਬੈਕਟੀਰੀਆ ਆਫ ਲੈਪਰੋਸੀ।
Got it, guys? Next, bacteria of typhoid was discovered by typhoid the bacteria kine discover kita si? दसो जोसफ ने एल्बर्ट ने रॉबर्ट ने या विलियम हार्वी ने दसो 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 बैक्टीरिया ऑफ टाइफाइड रॉबर्ट वेनबर्ग ने सेमर प्रमोद रॉबर्ट खुशवंत रॉबर्ट बाकी जोसफ ईबर्ट ने सत श्री अकाल मोहम्मद काफी दिन बाद आया क्लास च की गल इस नाम तो कुछ याद आ रहा बीसीजी वैक्सीन रॉबर्ट ने की किया सी डिस्कवर बायोलॉजी ऑफ कैंसर विलियम हार्वी विलियम हार्वी कल पढ़ाया सी ना मैं ठीक है कोई गल नहीं मोहम्मद कॉन्ग्रेचुलेशंस हेलो माही विलियम हार्वी कल पढ़े सी ना आप ब्लड सर्कुलेशन नेक्स्ट कैंसर सत श्री अकाल हरप्रीत सत श्री अकाल परसिवल पॉट कैंसर हम्फ्री डेवी ने की किया सी कैल्शियम सत श्री अकाल बोल सत श्री अकाल काल ने की थी ब्लड ग्रुप केड़े वाले ए बी ओ रॉबर्ट हुक का नाम पता है ये सबने एनसीईआरटी च पढ़े होना रॉबर्ट हुक किरे इन्वेंशन डिस्कवरी का क्वेश्चन आ सकता है बिल्कुल आ सकता है वेरी गुड आफ्टरनून कोमल रॉबर्ट हुक का नाम दसो एनसीईआरटी विच सब ने पढ़िया होना बायो विच वेरी गुड बुद्ध सिर्फ बुद्ध नो याद आया बाकी नो किसी नो याद नहीं आया गुड मॉर्निंग हरीश वेरी गुड मॉर्निंग बाय द वे इट इज गुड आफ्टरनून वेरी गुड तान्या नेक्स्ट सेल थ्योरी रॉबर्ट हुक तो हो गया सेल दे नाल सेल थ्योरी की नहीं दी थी वेरी गुड प्रमोद स्क्लाइडन एंड सुजॉन सेल थ्योरी वॉन द नाम कितना जुड़े सैल डिवीजन के नाल
ਇਹਨੇ ਕਨਸੈਪਟ ਆਫ ਸੈਲ ਡਿਵੀਜ਼ਨ ਡਿਸਕਵਰ ਕੀਤਾ ਸੀ ਵੈਰੀ ਗੁੱਡ ਸਿਮਾ ਵੈਰੀ ਗੁੱਡ ਦਵਿੰਦਰ ਅਤੇ ਓਸਕਰ ਦਾ ਨਾਮ ਵੀ ਸੈੱਲ ਡਿਵੀਜ਼ਨ ਨਾਲ ਜੁੜਿਆ ਪਰ ਇਹਨੇ ਜਿਹੜੀ ਡਿਸਕਵਰ ਕੀਤੀ ਉਹ ਬਾਏ ਮਾਇਓਸਿਸ ਕੀਤੀ ਸੀ ਮਾਇਓਸਿਸ ਸੈੱਲ ਨਿਊਕਲੀਅਸ ਸਭ ਨੂੰ ਪਤਾ ਹੋਣਾ ਬਰਾਊਨ ਰੋਬਰਟ ਬਰਾਊਨ ਲਗਭਗ ਸੈੱਲ ਦੇ ਨਾਲ ਜਿਹੜੀ ਡਿਸਕਵਰੀ ਹੋਈ ਹੈ ਮੇਜੋਰਟੀ ਦਾ ਫਸਟ ਨੇਮ ਰੋਬਰਟ ਹੀ ਹੈਗਾ ਜੇਮਸ ਸਿਮਸਨ ਦਾ ਨਾਂ ਕਿਹਦੇ ਨਾਲ ਜੁੜਿਆ ਹੋਇਆ ਕਲੋਰੋਫੋਰਮ ਕਲੋਰੋਫੋਰਮ ਤਾਂ ਪਤਾ ਹੋਣਾ ਨਾ ਸਭ ਨੂੰ ਬੇਹੋਸ਼ ਕਰਨ ਲਈ ਵੈਰੀ ਗੁੱਡ ਅਰਸ਼ ਪੌਲ ਬਰਕਹੋਲਡ ਦਾ ਨਾਮ ਕਿਹਦਾ ਹੈ ਕਲੋਰੋਮਾਈਸਿਨ ਸ਼ਿੰਪਰ ਨੇ ਕੀ ਡਿਸਕਵਰ ਕੀਤਾ ਸੀ ਕਲੋਰੋਪਲਾਸਟ ਪਲਾਂਟਸ ਹੁੰਦਾ ਜਿਹੜਾ ਸਰ ਜੀ ਖੁਦਾ ਕੀ ਕਸਮ ਕੋਈ ਨਹੀਂ ਮੁਹੰਮਦ ਨਹੀਂ ਪਤਾ ਤਾਂ ਆਪਾਂ ਸਿੱਖਣਾ ਹੈ ਨਾ ਇਹਨਾਂ ਵਿੱਚੋਂ ਜੇ ਅੱਧੇ ਵੀ ਯਾਦ ਰਹਿ ਗਏ ਔਰ ਪੇਪਰ 'ਚ ਉਹ ਵਾਲਾ ਕੁਸ਼ਚਨ ਆ ਗਿਆ ਬਸ ਸਾਡਾ ਕੰਮ ਖਤਮ ਇੰਨਾ ਤਾਂ ਇੰਨਾ ਹੀ ਤਾਂ ਕਰਨਾ ਬਈ ਲਾਈਕਸ ਇੰਨੇ ਘੱਟ ਕਿਉਂ ਹੈ ਲਾਈਕਸ ਕਰ ਦਿਓ ਸਾਰੇ ਜਣੇ ਸਤਿ ਸ਼੍ਰੀ ਅਕਾਲ ਸ਼ੁਭਮ ਸਤਿ ਸ਼੍ਰੀ ਅਕਾਲ ਲੇਟ ਆਇਆ ਤੂੰ ਕੋਲੇਰਾ ਬੈਕਟੀਰੀਆ ਰੋਬਰਟ ਕੋਚ ਵੈਰੀ ਗੁੱਡ ਤਾਨਿਆ ਪੌਲ ਦਾ ਨਾਂ ਕਿਹਦੇ ਨਾਲ ਜੁੜਿਆ ਹੋਇਆ ਡੀ ਡੀ ਟੀ ਹਾਫ ਮਿਸਟਰ ਦਾ ਕ੍ਰੋਮੋਸੋਮਸ ਅਰਸ਼ ਰੋਬਰਟ ਬਹੁਤ ਸਾਰੇ ਨੇ ਕਨਫਿਊਜ਼ ਨਾ ਹੋ ਜੀ ਲਾਸਟ ਨਾਮ ਤੋਂ ਯਾਦ ਕਰ ਲੈ ਕੋਚ ਨੇ ਕੋਲਰੇ ਦਾ ਬੈਕਟੀਰੀਆ ਦਿੱਤਾ ਸੀ ਇਹਨੇ ਕਿਆ ਦਿੱਤਾ ਸੀ ਇਹਨੇ ਬੈਕਟੀਰੀਆ ਡਿਸਕਵਰ ਕੀਤਾ ਸੀ ਕੋਚ ਨੇ ਇਹਨੇ ਕੋਲਰੇ ਦੀ ਵੈਕਸੀਨ ਦਿੱਤੀ ਸੀ ਹਾਂ ਬਿਲਕੁਲ ਖੁਸ਼ਵੰਤ ਚਲੋ ਆਪਾਂ ਮੋਟਾ ਮੋਟਾ ਯਾਦ ਰੱਖਣਾ ਨਾ ਜੇ ਰੋਬਰਟ ਬਹੁਤ ਸਾਰੇ ਲਾਸਟ ਨੇਮ ਤੋਂ ਯਾਦ ਰੱਖ ਲਓ ਕੋਚ ਤੋਂ ਯਾਦ ਰੱਖ ਲਓ ਇਲੈਕਟ੍ਰੋਕਾਰਡੀਓਗ੍ਰਾਮ ਈ ਸੀ ਜੀ ਮਸ਼ੀਨ ਦੇਖੀ ਹੋਣੀ ਸਭ ਨੇ ਹਸਪਤਾਲ 'ਚ ਹਾਂ ਉਹੀ ਅਰਸ਼ ਡੀ ECG very good simmer William Anthavon
ਵਾਟਸਨ ਐਂਡ ਕ੍ਰਿਕ ਨੇ ਕੀ ਕੀਤਾ ਸੀ? ਡੀਐਨਏ ਦੇ ਨਾਲ ਜੁੜਿਆ ਹੋਇਆ, ਇਹਦੀ ਫਾਈਂਡਿੰਗ ਕੀ ਸੀ? ਡੀਐਨਏ ਦਾ ਹੈਲੀਕਲ ਸਟਰਕਚਰ। ਵੈਰੀ ਗੁੱਡ ਸ਼ੁਭਮ, ਵੈਰੀ ਗੁੱਡ ਦਵਿੰਦਰ। ਪੇਨ ਦਾ ਨਾਮ ਕਿਹਦੇ ਨਾਲ ਜੁੜਿਆ? ਵੈਰੀ ਗੁੱਡ ਅਰਸ਼। ਵੈਰੀ ਗੁੱਡ ਖੁਸ਼ਵੰਤ। ਐਨਜ਼ਾਈਮ, ਐਨਜ਼ਾਈਮ। ਯੂਜਨ ਓਡਮ, ਫਾਦਰ ਆਫ ਮਾਡਰਨ ਇਕੋਲੋਜੀ। ਬਿਲਕੁਲ ਅਰਸ਼। ਫਾਦਰ ਆਫ ਮਾਡਰਨ ਇਕੋਲੋਜੀ ਦਾ ਪਤਾ ਹੈ, ਫਾਦਰ ਆਫ ਇਕੋਲੋਜੀ ਕਿਹਨੂੰ ਕਿਹਾ ਜਾਂਦਾ ਹੈ? ਡਾਰਵਿਨ, ਡਾਰਵਿਨ ਥਿਊਰੀ, ਐਵੋਲਿਊਸ਼ਨ। ਫਾਦਰ ਆਫ ਇਕੋਲੋਜੀ, ਅਲੈਗਜ਼ੈਂਡਰ ਵੌਨ। ਵੈਰੀ ਗੁੱਡ ਮੁਹੰਮਦ। ਗ੍ਰੈਗਰ ਮੈਂਡਲ, ਫਾਦਰ ਆਫ, ਦੱਸੋ ਜੀ। ਗ੍ਰੈਗਰ, ਫਾਦਰ ਆਫ ਜੈਨੇਟਿਕਸ। ਵੈਰੀ ਗੁੱਡ ਸਿਮਰ। ਅਰਸ਼, ਮੈਂਡਲ ਫਾਦਰ ਆਫ ਜੈਨੇਟਿਕਸ ਹੈਗਾ। ਰੋਬਰਟ ਐਡਵਰਡ ਤੇ ਪੈਟ੍ਰਿਕ, ਫਸਟ ਟੈਸਟ ਟਿਊਬ ਬੇਬੀ। ਵੈਰੀ ਗੁੱਡ ਖੁਸ਼ਵੰਤ। ਫਾਈਵ ਕਿੰਗਡਮ ਕਲਾਸੀਫਿਕੇਸ਼ਨ ਆਪਾਂ ਪੜ੍ਹਿਆ ਸੀ ਨਾ। ਸਤਿ ਸ਼੍ਰੀ ਅਕਾਲ ਬਲਜੀਤ। ਫਾਈਵ ਕਿੰਗਡਮ ਕਲਾਸੀਫਿਕੇਸ਼ਨ ਕਿੰਨੀ ਦਿੱਤੀ ਸੀ? ਅਰਨਸਟ ਨੇ, ਰੋਬਰਟ ਨੇ, ਸਟਾਲਿੰਗ ਨੇ, ਹਰਗੋਬਿੰਦ ਖੁਰਾਨਾ ਜੀ ਨੇ। ਪਰਮ ਸਕਿੱਪ ਕਰ ਸਕਦੇ ਹੋ, ਉਹ ਤਾਂ ਮਰਜ਼ੀ ਹੈ। ਹੁਣ ਜੇ ਪੰਜ ਜਾਂ ਛੇ ਨੰਬਰ ਦਾ ਕੁਸ਼ਚਨ ਆ ਗਿਆ ਸਾਇੰਸ ਤੋਂ, ਸਕਿੱਪ ਕਰਨਾ ਤੁਹਾਡੀ ਮਰਜ਼ੀ ਹੈ, ਪਰ ਉਹ ਪੰਜ ਜਾਂ ਛੇ ਨੰਬਰ ਚਲੇ ਗਏ ਔਰ ਅੱਧੇ ਅੱਧੇ ਨੰਬਰ ਦੇ ਬੱਚੇ ਦੀ ਰੈਂਕ ਰਹਿੰਦੀ, ਕੱਟ ਆਫ ਰਹਿ ਜਾਂਦੀ, ਫਿਰ ਪਛਤਾਉਂਗੇ। ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੀ ਤਿਆਰੀ ਵੱਧ ਤੋਂ ਵੱਧ ਕਰੋ। ਤੁਸੀਂ ਸਕਿੱਪ ਕਰਨਾ, ਨਹੀਂ ਸਕਿੱਪ ਕਰਨਾ ਉਹ ਪੇਪਰ 'ਚ ਵੇਖਿਓ। ਹੁਣੇ ਕੀ ਸੋਚੀ ਬੈਠੇ ਹੋ ਆਪਾਂ ਸਾਰਾ ਸਕਿੱਪ ਕਰਨਾ? ਕਿਆ ਪਤਾ ਜਿਹੜਾ ਤੁਸੀਂ ਪੜ੍ਹੋ ਉਹੀ ਪੇਪਰ 'ਚ ਆ ਜਾਏ। ਆਪਟੀਮਿਸਟ ਰਹਿਣਾ ਜ਼ਰੂਰੀ ਹੈਗਾ ਨਾ। ਐਵੇਂ ਛੱਡਣ ਨੂੰ ਤੁਸੀਂ ਸੋਚੋਗੇ ਵੀ ਹਾਂ ਸਾਇੰਸ ਨਹੀਂ ਆਉਂਦੀ, ਸਕਿੱਪ ਕਰ ਦਿਉ। ਮੈਥ ਦਾ, ਕੁਆਂਟਮ ਦਾ ਟੋਪਿਕ ਨਹੀਂ ਆਉਂਦਾ, ਸਕਿੱਪ ਕਰ ਦਿਉ। ਰੀਜਨਿੰਗ ਦੀ ਸਾਡੀ ਪਜ਼ਲ ਸੋਲਵ ਨਹੀਂ ਹੁੰਦੀ, ਸਕਿੱਪ ਕਰ ਦਿਉ। ਅੰਗਰੇਜ਼ੀ ਦੀ ਐਰਰ ਫਾਈਂਡ ਆਊਟ ਹੁੰਦੀ, ਸਕਿੱਪ ਕਰ ਦਿਉ। ਬਸ ਫਿਰ ਪੇਪਰ ਵੀ ਸਕਿੱਪ ਹੀ ਹੋ ਜਾਣਾ, ਸਕੋਰ ਕਿੱਥੇ ਕਰੂੰਗੇ ਫਿਰ? ਲੱਗੀ ਸਮਝ? ਰੋਬਰਟ ਵਿਟੇਕਰ। ਵੈਰੀ ਗੁੱਡ ਤਾਨਿਆ, ਵੈਰੀ ਗੁੱਡ ਬਲਜੀਤ, ਵੈਰੀ ਗੁੱਡ ਦਵਿੰਦਰ, ਵੈਰੀ ਗੁੱਡ ਪਠਾਨੀਆ, ਮਾਹੀ, ਵਿਟੇਕਰ, ਰੋਬਰਟ। ਸਟਰਲਿੰਗ ਦਾ ਨਾਮ ਜਿਹੜਾ ਜੁੜਿਆ ਹੋਇਆ ਹਾਰਮੋਨ ਦੇ ਨਾਲ ਜੁੜਿਆ ਹੋਇਆ। ਖੁਸ਼ਵੰਤ ਸਹੀ ਗੱਲ ਹੈਗੀ ਹੈ, ਬਿਲਕੁਲ ਆਪਾਂ ਆਪਟੀਮਿਸਟ ਰਹਿਣਾ ਜ਼ਰੂਰੀ ਹੈਗਾ। ਇਹ ਸੋਚ ਕੇ ਚੱਲੋ ਵੀ ਤੁਸੀਂ ਪੜ੍ਹ ਰਹੇ ਹੋ, ਤੁਹਾਨੂੰ ਸਮਝ ਆ ਰਿਹਾ, ਇਹ ਕਲੀਅਰ ਹੋ ਰਿਹਾ ਟੋਪਿਕ ਨਾ, ਹਰ ਰੋਜ਼ ਨਵਾਂ ਸਿੱਖੋ। ਪੇਪਰ 'ਚ ਜਦੋਂ ਆਊਂਗਾ, ਪੇਪਰ ਤੁਹਾਡੇ ਸਾਹਮਣੇ, ਹੁਣ ਤੁਹਾਡੇ ਹੱਥ 'ਚ ਹੈ ਨਹੀਂ ਨਾ ਵੀ ਪੇਪਰ ਦਾ ਡਿਫੀਕਲਟੀ ਲੈਵਲ ਕੀ ਹੋਊਗਾ, ਤੁਹਾਡੇ ਹੱਥ 'ਚ ਕੀ ਹੈ, ਪ੍ਰੈਪਰੇਸ਼ਨ ਤੁਹਾਡੇ ਹੱਥ 'ਚ ਹੈਗੀ ਹੈ।
अर्नस्ट हैकल ने जिहड़ा सी इन्हें फाइव किंगडम क्लासीफिकेशन दसी सी, इहदे हिसाब नाल थ्री किंगडम क्लासीफिकेशन सी। हरगोबिंद खुराना जी का नाम कितना जुड़िया हुआ है? जेनेटिक कोड दे नाल। हार्ट ट्रांसप्लांटेशन, हार्ट दी सर्जरी। अर्श रिश्तेदारा की परवाह नहीं करनी चाहिए, अपना सोच के चलो क्या। वेरी गुड आफ्टरनून सोनू, सत श्री अकाल ज्योति। कि सोचो अपना कुछ करना, अपने लिए ही कुछ करना है, फिर ही कुछ कर पाओगे। ताने की परवाह किने करनी है, दुनिया तो बहुत कुछ बोलती है, जब नहीं लगे होंगे जब भी बोलती है, जब लग जाते फिर उन्होंने स्टेटमेंट बदल जाती है, फिर तुम महाराजे राजे उन्होंने लिए। बर्नार्ड, कृष्ण बर्नार्ड, वेरी गुड सिमर, वेरी गुड माही। ब्लमबर्ग नहीं आ गया, वेरी गुड मोहम्मद, वेरी गुड देवेंद्र। ब्लमबर्ग का नाम कितना जुड़ा है हेपेटाइटिस बी वायरस नाल? वेरी गुड बलजीत, वेरी गुड अर्श, वेरी गुड शुभम, वेरी गुड ज्योति। पाबलो का नाम कितना जुड़िया हुआ है? इहदा नाम वायरस नाल जुड़िया हुआ है, पाबलो का सेम वैक्सीन दे नाल, हैपेटाइटिस दी वैक्सीन। HIV वायरस। भाई लाइक कर दो सारे जने, शेयर कर दो, लाइक इन्ने घट क्यों है? लक बोन टैगन, वेरी गुड तानिया, वेरी गुड दविंदर। सैम्यूल नहीं हैगा, खुशवंत। लुईस पैस्चर, काफ़ी काफ़ी बार सुने होना, काफ़ी बार सुने होना, कितना नाम जुड़े हुआ है? मोहम्मद जेडी क्लास लग रही है ओदे, वो तो पढ़ ला पहला। वेरी गुड शुभम, लुईस पैस्चर का नाम कितना जुड़िया हुआ है? असी वाह वाह बार सुने होना। कोई नहीं अर्श, जदों टाइम लगूगा जदों देख लेंगे। असी अपना काम कर सकते ना। बिल्कुल पैस्चराइजेशन नाल भी जुड़िया है। दूजा रेबीस, हाइड्रोफोबिया, रेबीज दी वैक्सीनेशन। वेरी गुड सर, हाइड्रोफोबिया डिजीज भी कहने इन्हों, पानी को डर लगता। सैमुअल का नाम कितना जुड़िया है?
होम्योपैथ एडवर्ड जेनर, आप भी नाम काफी फेमस है। काफी फेमस वैक्सीन है स्मॉल पॉक्स। ये आ थोड़ा जिन्हें भी बच्चे अपने पंजाब गवर्नमेंट सर्विस सुने सुने लगता जी नाम। बिल्कुल बिल्कुल बिल्कुल, जिहड़े बच्चे अपने गवर्नमेंट सर्विस तैयारी कर रहे हैं प्रिपरेशन कर रहे हैं उन्होंने एक वधिया ऑफर हैगा, वधिया हुण क्या कहते चांस हैगा कि वो अपना सिंपल महापैक ले सकते हैं जिन्हें भी आप कोई भी हुण जे डिसाइड नहीं हुंदा ना। सीधी गल कहां साडे घर वाले तो एवें कहते हैं भाई जिहड़ा पेपर निकले भरो हर पेपर। नहीं नहीं मोम क्लास एंड नहीं हुई वाला क्या क्लास बहुत पई वाला। सत श्रीकाल उदय की है, अब मैं तो सारे पेपर भरता सी जिहड़ा भी पेपर निकले छोटा हो वड्डा हो। नहीं खुशवंत क्लास एंड नहीं हुई है की करना है तुसी महापैक ते जाके कोड ला लेना है 5473। ये बच्चे ने जिहड़े इंटरेस्टेड ने और किन्ने लिए अपने अगले दो साल की टेंशन खत्म, थानू राह मिल गया की करना की नहीं करना किधरों पढ़ाई करनी है वो भी पता लग गया। बस हुण तुहाडे हत्थी है पढ़ना किवें, कोई गल नहीं इंसुलिन चको। इंसुलिन किने इनवेंट की सी सर फ्रेडरिक बेंटिंग एंड बेस्ट ने। विलियम जॉन कॉफ ने इन्हां नाल जिहड़ा किन्ना जुड़िया किडनी डायलिसिस रोनल्ड रॉस वेरी गुड देवेंद्र रोनल्ड रॉस मलेरिया पैरासाइट वेरी गुड सिम वेरी गुड उदय। वॉल्टन का नाम कितना जुड़िया हुआ है ओपन हार्ट सर्जरी पेंसिलिन ये सबन पता होना। दसो सारे जने आंसर दो पेंसिलिन मोहम्मद प्रैक्टिस पढ़ा पढ़ा के याद ही हो गए पेंसिलिन। वेरी गुड दानिया वेरी गुड बलजीत फ्लेमिंग अदा काफ़ी एग्जाम से भी पूछा हुआ है। एल्बर्ट सेबिन का नाम कितना जुड़े है वेरी गुड खुशवंत पोलियो ड्रॉप लुईस पैश्चर पैस्चराइजेशन रेबीज वैक्सीन बिल्कुल बिल्कुल स्पाइरल स्ट्रक्चर ऑफ प्रोटीन टोले इन्हें स्पाइरल स्ट्रक्चर सी खुद का नाम लाइन हैगा
हो जूगा याद भाई स्टायरल स्पायरल स्ट्रक्चर की नहीं टोड़े सी लाइन ने पॉलिंग पॉलिंग स्पायरल स्ट्रक्चर ऑफ अ प्रोटीन रेने का नाम कितना जुड़े हुआ स्टेथोस्कोप वॉक्समैन का वॉक्समैन का स्ट्रेप्टोमाइसिन वॉटसन एंड क्रिक स्ट्रक्चर ऑफ डीएनए दिता सी ने वेरी गुड अर्श नेक्स्ट ट्रीटमेंट ऑफ बेरी बेरी डिजीज क्रिश्चियन एजिक मैन जोसफ मैरिक का नाम कि जुड़े हुआ है ट्रीटमेंट ऑफ डायबिटीज उपेंद्रनाथ एंड ब्रह्मचारी इनका नाम कितना जुड़े हुआ है ट्रीटमेंट ऑफ कालाजार पॉल का नाम कितना जुड़े हुआ है ट्रीटमेंट ऑफ साइफिलिस विटामिन ए हूँ चलते विटामिन से उत्ते विटामिन ए वाज डिस्कवर्ड बाय एमसी कॉलम मी कॉलम एंड कैजमीर इनका नाम कितना जुड़ा है विटामिन बी विटामिन बी क्रिश्चियन एजिकमैन विटामिन बी वन डी टी स्मिथ ईजी हेंड्रिक बी टू विटामिन बी टू विटामिन डी विटामिन डी source of vitamin D sunlight necessary for bones good for bones Edward Mellenbe Paul Gergi B6, vitamin B6.
ਵਿਟਾਮਿਨ ਸੀ ਹਰਬਰਟ ਐਂਡ ਮੈਕਲੀਨ ਐਵਾਂਸ ਐਂਡ ਐਸ ਬਿਸ਼ਪ ਇਹਨਾਂ ਬੰਦੇ ਨੇ ਮਿਲ ਕੇ ਕੀ ਲੱਭਿਆ ਸੀ ਵਿਟਾਮਿਨ ਈ ਵਿਟਾਮਿਨ ਵੀ ਲੱਭੇ ਪਏ ਆ ਇਹਨਾਂ ਨੇ ਆਪ ਤਾਂ ਲੱਭਦੇ ਗਏ ਸਾਡੇ ਲਈ ਕੰਮ ਵਧਾਉਂਦੇ ਗਏ ਹੈ ਨਾ ਕੀ ਕਹਿੰਦੇ ਹੋ ਸਹੀ ਗੱਲ ਹੈ ਨਾ ਆਪ ਬੈਠੇ ਬੈਠੇ ਕੁਛ ਨਾ ਕੁਛ ਲੱਭਦੇ ਗਏ ਸਾਡੇ ਲਈ ਵਧਾਉਂਦੇ ਗਏ ਪੇਪਰ 'ਚ ਕੁਸ਼ਚਨ ਵਧਾਉਂਦੇ ਰਹੇ ਵਿਟਾਮਿਨ ਕੇ ਹੈਨਰਿਕ ਡੈਮ ਲੂਸੀ ਵਿਲਸ ਲੂਸੀ ਵਿਲਸ ਦਾ ਨਾਂ ਕਿਸ ਨਾਲ ਜੁੜਿਆ ਫੋਲਿਕ ਐਸਿਡ ਸੋਰੀ ਮੁਹੰਮਦ ਕੁਸ਼ਚਨ ਥੋੜ੍ਹੇ ਜ਼ਿਆਦਾ ਨੇ ਅੱਜ ਇਸ ਕਰਕੇ ਮੈਂ ਥੋੜ੍ਹਾ ਸਪੀਡ 'ਚ ਕਰਾ ਰਿਹਾ ਕਿਰਤ ਆਰਾਮ ਨਾਲ ਤੁਸੀਂ ਬਾਅਦ 'ਚ ਵੀ ਦੇਖ ਸਕਦੇ ਹੋ ਹਾਲਾਂ ਸਿਰਫ ਫੋਕਸ ਕਰੋ ਕੁਸ਼ਚਨ ਦੇ ਆਨਸਰ 'ਤੇ ਨੋਟਸ ਤੁਹਾਨੂੰ ਯੂਟਿਊਬ 'ਤੇ ਪੈ ਰਹੀ ਵੀਡੀਓ ਹੈ ਆਰਾਮ ਨਾਲ ਆਪਣਾ ਸਲੋ 'ਤੇ ਕਰਕੇ 0.5x 'ਤੇ ਕਰਕੇ ਜਾਂ 0.75x 'ਤੇ ਕਰਕੇ ਆਰਾਮ ਨਾਲ ਫਿਰ ਨੋਟਸ ਬਣਾ ਸਕਦੇ ਹੋ ਟੈਨਸ਼ਨ ਨਾ ਲਓ ਜੋ ਸਕਿੱਪ ਹੋ ਗਿਆ ਕੋਈ ਗੱਲ ਨਹੀਂ ਉਹ ਮਿਲ ਜਾਣਾ ਤੁਹਾਨੂੰ ਕਿਤਨੀ ਜਾਂਦਾ ਨੌਲੇਜ ਤੁਹਾਡੇ ਪਰ ਪੇ ਰਹਿਣੀ ਜਦੋਂ ਜੀ ਕਰੇ ਉਦੋਂ ਦੇਖ ਲਓ ਰਿਪੀਟ ਕਰ ਕਰਕੇ ਕੋਨਰੇਡ ਦਾ ਨਾਂ ਕਿਹਦੇ ਨਾਲ ਜੁੜਿਆ ਹੋਇਆ ਨਾਈਸਿਨ ਦੇ ਨਾਲ ਰੋਨਜਨ ਆਹ ਵੀ ਨਾਮ ਸੁਣਿਆ ਹੋਣਾ ਕੁਸ਼ਚਨ ਵੀ ਐਗਜ਼ਾਮ ਵਿੱਚ ਕਾਫੀ ਵਾਰ ਆਇਆ ਇਹਦਾ ਐਕਸਰੇ ਵੈਰੀ ਗੁੱਡ ਖੁਸ਼ਵੰਤ ਅਤੇ ਆਹ ਤੁਹਾਨੂੰ ਪਤਾ ਹੀ ਹੈਗਾ ਕੀ ਹੈ ਸਿੰਪਲ ਲੈਣਾ ਕੋਰਸ ਆਪਣਾ ਲੈਣਾ ਉਹ ਪ੍ਰਿਪਰੇਸ਼ਨ ਕਰਨੀ ਉਹ ਢੰਗ ਤਰੀਕੇ ਨਾਲ ਸਿਸਟਮੈਟਿਕ ਵੇ 'ਚ ਸੋ ਆਪਣੀ ਇੰਸ਼ੋਰੈਂਸ ਚਾਹੀਦੀ ਹੈ ਕਿ ਹੋ ਜੇ ਪੇਪਰ ਕਲੀਅਰ ਆਹ ਉਹਨਾਂ ਬੱਚਿਆਂ ਲਈ ਜਿਹੜੇ ਪੰਜਾਬ ਪੁਲਿਸ 'ਚ ਇੰਟਰਸਟਿਡ ਨੇ ਉਹਨਾਂ ਦੇ ਐਗਜ਼ਾਮ ਲਈ ਬੈਸਟ ਤੋਂ ਬੈਸਟ ਕੋਰਸ ਬੈਸਟ ਟੀਚਰਸ ਦੇ ਨਾਲ ਐਟਮ ਥੋੜ੍ਹੇ ਹੁਣ ਕੈਮਿਸਟਰੀ ਵਾਲੇ ਆ ਗਏ ਐਟਮ ਕਿਹਨੇ ਡਿਸਕਵਰ ਕੀਤਾ ਸੀ ਹੈਨਰੀ ਮੋਸਲੇ ਹੈਨਸ ਰਦਰਫੋਰਡ ਨੀਲਸ ਬੋਰ ਦੱਸੋ ਐਟਮ ਵਾਜ਼ ਡਿਸਕਵਰਡ ਬਾਏ ਸਾਰੇ ਨੇ ਇਹ ਨਾਮ ਯਾਦ ਹੈ ਇਹ ਕਿਸੇ ਦਿਮਾਗ 'ਚ ਨਹੀਂ ਆਏਗਾ 400 BC 'ਚ ਇਹਨੇ ਦੱਸਿਆ ਸੀ ਪਰਮਾਣੂ ਰਦਰਫੋਰਡ ਦਾ ਨਾਂ ਕਿਸ ਨਾਲ ਜੁੜਿਆ ਹੋਇਆ ਹੈ ਹੈਨਸ ਰਦਰਫੋਰਡ ਐਟਮਿਕ ਫਿਜ਼ਿਕਸ ਐਟਮਿਕ ਫਿਜ਼ਿਕਸ ਨੀਲਸ ਬੋਰ ਨੇ ਰਦਰਫੋਰਡ ਐਟੋਮਿਕ ਸਟਰਕਚਰ ਹੈਨਰੀ ਮੋਸਲੇ ਐਟੋਮਿਕ ਨੰਬਰ ਐਟਮ ਐਂਡ ਐਟਮਿਕ ਥਿਓਰੀ ਕਿੰਨੀ ਦਿੱਤੀ ਸੀ ਡਾਲਟਨ ਨੇ ਅਗਸਟ ਨੇ ਸੋਬਰਨ ਨੇ ਚਾਰਲਸ ਅਗਸਟਿਨ ਨੇ
कूलम से सीधा आ गया कूलम चार्ज, ठीक है। उधर मैं पीडीएफ पा दूंगा अपना, पंजाब अड्डा 24/7 का जो टेलीग्राम चैनल है वो फॉलो कर लो, सब्सक्राइब कर लो, उधर पीडीएफ आ जूंगी। वेरी गुड कीर्ति डाल्टन, वेरी गुड तान्या रंधावा, अपने उधर पीडीएफ मिल जूंगी। पंजाब अड्डा 24/7 का ऑफिशियल यूट्यूब टेलीग्राम चैनल हैगा, उधर मैं अपलोड कर दूंगा दोनों पीडीएफ, अज ते कल वाली भी। अगस्त के कुल केमिकल स्ट्रक्चर, सोबरेन का नाम कि है क्लोरोफॉर्म, हीलियम, हीलियम गैस जड़ी होनी है, किन्हें डिस्कवर किए सी हीलियम नो, रामसे थॉमसन कि जुड़े हुआ है, जे जे थॉमसन, कीर्ति जो भी एग्जाम की तैयारी करनी है उसमें उस एग्जाम पे जाओ, उसकी क्लासेस में जाओ, सिंपल एज दैट। वट एवर यू आर वॉन्ट टू स्टार्ट प्रिपेयरिंग फॉर, जस्ट गो ओवर देयर, गो टू दैट सेक्शन एंड ओपन दैट, यू कैन स्टार्ट प्रिपेयरिंग फॉर देयर, देयर देयर आर वेरियस न्यूमरस नंबर ऑफ रिकॉर्डेड क्लासेस ओवर देयर, मॉक टेस्ट आर ओवर देयर, ई बुक्स आर देयर। कीर्ति जस्ट ट्राई टू एक्सप्लोर, यू विल गेट एन ऑप्शन ओवर देयर। थॉमसन का नाम कि है, वेरी गुड बुद्ध, इलेक्ट्रॉन, एडवर्ड टेलर, हाइड्रोजन बॉम्ब, देखे रंधावा ताही तो मैं क्वेश्चन करा रहा, हर बार लगभग एग्जाम च पूछे जाते जनरल साइंस आनी आनी है थोड़े एग्जाम च, बस ये होंगे कि कई बार किसी को टॉपिक तो आता, किसी बार कई बार किसी टॉपिक तो आता, इस करके मैं कोई भी टॉपिक नहीं छड़ता, सारे कवर करी दे। काम हिल हिल ना करो दोस्तों, राम से करो, राम से, हाँ बिल्कुल सही। हैनरी का नाम कितना है, हरभजन सिंह मैं वधिया, बहुत वधिया, तुसी सुनाओ। हैनरी कैवेंडिश हाइड्रोजन दे नाल, एक ने हाइड्रोजन बनाई दूजे ने बम बनाता, नियोन गैस इनर्ट गैस भी होनी है। विलियम रामसे एंड मॉरिस ट्रेवर्स, क्लॉड का नाम किस नाल है, नियोन लैंप, सैमुअल कोहन, न्यूट्रॉन बॉम्ब,
ਲੋਰਡ ਦਾ ਤੁਹਾਨੂੰ ਪਤਾ ਨਿਊਨ ਲੈਂਪ ਨਿਊਕਲੀਅਰ ਰਿਐਕਟਰ ਨਿਊਕਲੀਅਰ ਰਿਐਕਟਰ ਜੇਮਸ ਚੈਡਵਿਕ ਐਨਰਿਕੋ ਫੈਰਨੀ ਓਟੋ ਹੈਨ ਜਾਂ ਸਾਈਮਨ ਹੋਮ ਬਸ ਕਲਾਸ ਖਤਮ ਹੁੰਦੀ ਜਾਂਦੇ ਆ ਸਾਰੇ ਅਪਲੋਡ ਕਰ ਦੇਣੀ ਮੈਂ ਜੇ ਚੈਨਲ 'ਤੇ ਹੋਏ ਤੁਸੀਂ ਤੁਹਾਨੂੰ ਮਿਲ ਜਾਣੀ ਡਾਊਨਲੋਡ ਕਰ ਲਿਓ ਸਾਈਮਨ ਓਮ ਓਮਸ ਲੋ ਸਿੰਪਲ ਇਹਦਾ ਨਾਮ 'ਤੇ ਪਤਾ ਲੱਗ ਗਿਆ ਚੈਡਵਿਕ ਜੇਮਸ ਚੈਡਵਿਕ ਨਿਊਟ੍ਰੋਨ ਐਨਰਿਕੋ ਫਰਨੀ ਰਿਐਕਟਰ ਨਿਊਕਲੀਅਰ ਰਿਐਕਟਰ ਓਟੋ ਹੈਨ ਨਿਊਕਲੀਅਰ ਫਿਜ਼ਨ ਸੀ ਬੱਚਾ ਕਾਫੀ ਬੱਚੇ ਕਹਿ ਰਹੇ ਇਹਦੇ ਨਾਲ ਨਿਊਕਲੀਅਰ ਫਿਜ਼ਨ ਦੇ ਨਾਲ ਜੁੜਿਆ ਹੋਇਆ ਇਹਨਾਂ ਦਾ ਆਕਸੀਜਨ ਜਿਹੜੀ ਆਪਾਂ ਸਾਹ ਲੈਂਦੇ ਹਾਂ ਆਕਸੀਜਨ 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 ਐਂਟੋਨ ਫਰੈਡਰਿਕ ਡਿਮਿਟਰੀ ਹੈਨਰਿਕ ਡਿਮਿਟਰੀ ਮੈਂਡਲੀਵ ਪੀਰੀਓਡਿਕ ਟੇਬਲ ਹੈਨਰਿਕ ਰੁਡੋਲਫ ਹਰਟਸ ਫੋਟੋ ਇਲੈਕਟ੍ਰਿਕ ਇਫੈਕਟ ਬਸ ਥੋੜ੍ਹੇ ਕੁਸ਼ਚਨ ਹੋ ਰਹੇ ਕਿ ਮੈਨੂੰ ਪਤਾ ਸਭ ਦਾ ਐਗਜ਼ੌਸਟ ਹੋ ਚੁੱਕਿਆ ਦਿਮਾਗ ਇੰਨੇ ਨਾਂ ਸੁਣ ਸੁਣ ਕੇ ਵੈਰੀ ਗੁੱਡ ਗੁਰਮੀਤ ਵੈਰੀ ਗੁੱਡ ਹਰਸ਼ ਐਂਟੋਨ ਲਾਰੈਂਟ ਆਕਸੀਜਨ ਫਰੈਡਰਿਕ ਹੋਲਰ ਨੇ ਫਰੈਡਰਿਕ ਹੋਲਰ ਦਾ ਨਾਂ ਕਿਹਦੇ ਨਾਲ ਜੁੜਿਆ ਹੋਇਆ ਔਰਗੈਨਿਕ ਕੈਮਿਸਟਰੀ ਅੱਜ ਦੀ ਕਲਾਸ ਮੈਂ ਘੱਟੋ ਘੱਟ ਵੀ ਤੁਹਾਡੇ 140 ਦੇ ਆਸ ਪਾਸ ਮੈਂ ਕਰਾਤੀ ਹੈ ਡਿਸਕਵਰੀਆਂ ਇਨਵੈਂਸ਼ਨ ਦੀਆਂ ਡਿਸਕਵਰੀਆਂ ਇਹ ਤਾਂ ਬਾਹਰ ਪੇਪਰ ਤੋਂ ਨਹੀਂ ਆਊਂਗਾ ਪੁੱਛੂੰਗੇ ਨਹੀਂ ਫੋਟੋਨ ਫੋਟੋਨ ਦੱਸੋ ਫੋਟੋਨ ਵੈਰੀ ਫੇਮਸ ਸਾਇੰਟਿਸਟ ਥਿਊਰੀ ਆਫ ਰਿਲੇਟਿਵਿਟੀ ਵਾਸ ਗਿਵਨ ਬਾਏ ਹਿਮ ਹਿਸ ਨੇਮ ਇਜ਼ ਕੀ ਨਾਂ ਹੈ ਈ ਇਜ਼ ਇਕੁਅਲ ਟੂ MC² ਦਿੱਤਾ ਸੀ ਇਹਨਾਂ ਨੇ ਈ ਇਜ਼ ਇਕੁਅਲ ਟੂ MC² ਦਿੱਤਾ ਸੀ ਇਹਨਾਂ ਨੇ ਫੋਟੋਨ ਵੀ ਉਹਨਾਂ ਨੇ ਬਣਾਇਆ ਸੀ ਦੱਸੋ ਨਾਮ ਦੱਸੋ ਉਹਦਾ E = MC² ਵਾਸ ਗਿਵਨ ਬਾਏ ਹਿਮ ਦਵਿੰਦਰ ਹਲਾ ਵੀ ਮੈਂ ਕਹਿ ਰਿਹਾ E = MC² ਇਹਨਾਂ ਨੇ ਦਿੱਤਾ ਸੀ ਆਈਨਸਟਾਈਨ ਫੋਟੋਨ ਦੇ ਡਿਸਕਵਰਰ ਵੀ ਇਹੀ ਹੈ ਬਿਲਕੁਲ ਦਲਬੀਰ ਮਿਲ ਜੂਗੀ PDF ਤੁਹਾਨੂੰ ਟੈਲੀਗ੍ਰਾਮ 'ਤੇ ਔਫੀਸ਼ੀਅਲ ਪੰਜਾਬ ਅੱਡਾ 24/7 ਦਾ ਔਫੀਸ਼ੀਅਲ ਟੈਲੀਗ੍ਰਾਮ ਚੈਨਲ 'ਤੇ ਜਾਓ ਉਹਨੂੰ ਆਪਣਾ ਜੁਆਇਨ ਕਰ ਲਓ ਉੱਧਰ PDF ਮਿਲ ਜੂਗੀ ਮੈਕਸ ਪਲੈਂਕ ਕੁਆਂਟਮ ਥਿਊਰੀ
हैनरी बैकरल इन्हें नाम तुम सुने होना एनसीईआरटी भी जो है अपने रेडियो एक्टिविटी रदरफोर्ड का नाम तो थोड़ा पता ही होना एनस रदरफोर्ड प्रोटॉन अर्श उसकी ब्रेन की डिस्कवरी नहीं हुई सी उसका ब्रेन उसके मरण के बाद स्टडी ले रखा सी साइंटिस्ट ने स्टडी की सी उसके उत्ते भाई अजे क्या खास है दिमाग च आइंस्टाइन दे रेडियम एनसीईआरटी विच आप पढ़िया हुआ रेडियम 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 नाम भी काफ़ी फेमस हैगा मैडम मैरी एंड पैरी क्यूरी लव कोई क्वेश्चन पूछा सी क्वेश्चन मार्क क्यों है जैसे स्वान का नाम कि जुड़े हुआ रेओन फरनी का नाम यूरेनियम फिजन फोर्ड का नाम ही गड्डी है हैनरी फोर्ड अपने नाम पर तो गड्डी लॉन्च कर दो चको जी इन मैं सेव कर लो यूरेनियम फिजम तो दसो किवें लगी क्लास फिर कल तो आप फिर वापस अपने मिक्स क्वेश्चन स्टार्ट करने हैं साइंस दे कुछ क्वेश्चन फिजिक्स दे कुछ बायो दे कुछ केमिस्ट्री दे मिल दिया फिर आप 3 बजे मैथ की क्लास ठीक है आ जाओ सारे जने टाइम ते बिल्कुल अज ही याद होने मोहम्मद नीयत होनी चाहिए याद करने की कोई नहीं आज कोई गल नहीं मैथ का जड़ा है मेंसुरेशन 3D टॉपिक वॉल्यूम वाला बेसिकली सरफेस एरिया वॉल्यूम